ਪੱਲੇ ਕੁਛ ਹੈਗਾ ਨਹੀਂ, ਉਹ ਕੋਈ ਵੋਟ ਨੂੰ ਮਿਲਣਾ ਨਹੀਂ, ਇਲੈਕਸ਼ਨ ਜਿੱਤਣਾ ਨਹੀਂ, ਕੋਈ ਸਰਕਾਰ ਬਣਨੀ ਨਹੀਂ, ਤੇ ਬਣਦਾ ਕੀ ਫਿਰਦਾ? ਇਹ ਜਮਾਨ ਜਬਤ ਪਾਰਟੀ, ਨਖੇਦ ਪਾਰਟੀ ਔਰ ਨਲੈਕ ਪਾਰਟੀ ਦੇ ਬੰਦਾ ਸੁਪਰੀਮ ਬਣ ਕਿ ਜਿਸ ਤਰ੍ਹਾਂ ਕੋਈ ਹੁੰਦਾ ਨੀ ਕਪੋੜ ਸੰਘ, ਕਪੋੜ ਸੰਘ ਬੋਲ ਰਿਹਾ ਜੀ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਜਿਹਨੂੰ ਪੰਜਾਬੀ 'ਚ ਕਹਿੰਦੇ ਪੱਲੇ ਨਾਲ ਸੇਰ ਆਟਾ ਅਤੇ ਹਿੰਦੀ ਦਾ ਸੰਘ ਬਾਟਾ। ਲੋਕਤੰਤਰ ਹੈ ਨਾ, ਅਤੇ ਲੋਕ ਫੈਸਲਾ ਕਰਦੇ ਆ ਅਤੇ ਲੋਕ ਦੇਖਦੇ ਆ ਕਿਹੜਾ ਬੰਦਾ ਠੀਕ, ਅਤੇ ਬੰਦਾ ਲੋਕ ਸਮਝਦੇ ਆ ਵੀ ਆਹ ਸੁਖਬੀਰ ਬਾਦਲ ਠੀਕ ਨਹੀਂ, ਆਹ ਕੇਜਰੀਵਾਲ ਜਿਹੜਾ ਝੂਠਿਆਂ ਦੀ ਨਾਨੀ ਆ ਵੀ ਠੀਕ ਨਹੀਂ, ਅਤੇ ਲੋਕ ਕਹਿੰਦੇ ਆ ਕਿ ਬੀਜੇਪੀ ਕਿਸਾਨ ਮਾਰੂ, ਮਜ਼ਦੂਰ ਮਾਰੂ, ਅਤੇ ਲੋਕ ਕਹਿੰਦੇ ਆ ਕਿ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੇ ਸਾਡੇ ਹੱਕ ਦੀ ਰਾਖੀ ਕਰਦੀ ਹੈ, ਸਾਡੀ ਗੱਲ ਕਰਦੀ ਹੈ। ਲੋਕ ਕਾਂਗਰਸ ਪਾਰਟੀ ਨੂੰ ਜਿੱਤਾ ਆਪਣੀ ਕਰਤੂਤ ਤਾਂ ਇਹ ਆ ਕਿ ਜਿਹੜਾ ਟਰੱਕ ਭਰ ਕੇ ਨੋਟਾਂ ਦਾ ਮੋਦੀ ਕੋਲੋਂ ਲੈ ਕੇ ਆਉਣਾ ਸੀ ਉਹ ਹੁਣ ਭੁੱਕੀ ਦਾ ਬਣ ਕੇ ਆ ਗਿਆ ਸੀ, ਉਦੋਂ ਫੀਮ ਦਾ ਬਣ ਕੇ ਆ ਗਿਆ ਸੀ, ਉਦੋਂ ਚਰਸ ਗਾਂਜੇ ਦਾ ਬਣ ਕੇ ਆ ਗਿਆ ਸੀ, ਉਦੋਂ ਚਿੱਟੇ ਦਾ ਬਣ ਕੇ ਆ ਗਿਆ ਸੀ, ਅਤੇ ਲੋਕਾਂ ਨੂੰ ਤਾਂ ਟਰੱਕ ਲੱਭਿਆ ਨਹੀਂ ਭਾਈ। ਇਸ ਲਈ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਲੋਕਾਂ ਨੇ ਬੜੀ ਮੁਸ਼ਕਲ ਇਹਨਾਂ ਕੋਲੋਂ ਛੇੜਾ ਛੇੜਾ ਚਲਾਇਆ ਜੀ, ਅਤੇ ਹੁਣ ਇਹਨਾਂ ਨੂੰ ਲਾਗੇ ਫਟਕਣ ਨਹੀਂ ਹੁੰਦੇ ਨਾ ਕਹਿੰਦੇ। ਸਾਹਿਬ ਅੱਜ ਅਕਾਲੀ ਦਲ ਵੱਲੋਂ ਜਿਹੜਾ ਚੋਣ ਮੈਨੀਫੈਸਟੋ ਜਿਹੜਾ ਅੱਧਾ ਐਲਾਨਿਆ ਗਿਆ ਜਿਸਦੇ ਵਿੱਚ 400 ਯੂਨਿਟ ਵੀ ਹੈ ਅਤੇ ਨੌਕਰੀਆਂ ਵੀ ਨੇ, 1,00,000 ਦੇ ਤਕਰੀਬਨ ਨੌਕਰੀਆਂ ਨੇ, ਅਤੇ 2,000 ਭੱਤਾ ਸਕੀਮ ਹੈ ਜਿਹੜੀ ਪਹਿਲਾਂ ਵੀ ਕਾਂਗਰਸ ਵੱਲੋਂ ਵੀ ਜਾਰੀ ਕੀਤੀ ਗਈ ਸੀ 2,500 ਰੁਪਏ ਦੀ, ਹਾਲਾਂਕਿ ਅਕਾਲੀ ਦਲ ਨੇ 2,000 ਭੱਤਾ ਕੀਤੀ ਹੈ, ਉਹਨੂੰ ਕਿਵੇਂ ਦੇਖਦੇ ਹੋ? ਬਈ ਇਵੇਂ ਮੈਂ ਦੇਖਦਾ ਹਾਂ ਕਿ ਜਿਸ ਤਰ੍ਹਾਂ ਕੋਈ ਹੁੰਦਾ ਨਹੀਂ ਗਪੋੜ ਸੰਘ, ਗਪੋੜ ਸੰਘ ਬੋਲ ਰਿਹਾ ਜੀ ਮੈਂ ਆਹ ਕਰ ਦੂੰਗਾ, ਮੈਂ ਉਹ ਕਰ ਦੂੰਗਾ, ਜਿਹਨੂੰ ਪੰਜਾਬੀ 'ਚ ਕਹਿੰਦੇ ਪੱਲੇ ਨਾਲ ਸੇਰ ਆਟਾ ਅਤੇ ਹਿੰਦੀ ਦਾ ਸੰਘ ਪਾਟਾ, ਪੱਲੇ ਕੁਛ ਹੈਗਾ ਨਹੀਂ, ਉਹ ਕੋਈ ਵੋਟ ਨੂੰ ਮਿਲਣਾ ਨਹੀਂ, ਇਲੈਕਸ਼ਨ ਜਿੱਤਣਾ ਨਹੀਂ, ਕੋਈ ਸਰਕਾਰ ਬਣਨੀ ਨਹੀਂ, ਅਤੇ ਬਣਦਾ ਕੀ ਫਿਰਦਾ? ਆ ਬਈ ਜਿਹਨੂੰ ਪੰਜਾਬੀ 'ਚ ਕਹਿੰਦੇ ਨਾ ਕਿ ਗੱਲੀ ਬਾਤੀ ਮੈਂ ਵੱਡੀ ਅਤੇ ਕਰਤੂਤੀ ਮੇਰੀ ਜਿਠਾਣੀ, ਬਈ ਕਰਤੂਤ ਆਪਣੀ ਤਾਂ ਕੋਈ ਹੈਗੀ ਨਹੀਂ, ਉਹ ਆਪਣੀ ਕਰਤੂਤ ਤਾਂ ਇਹ ਆ ਕਿ ਜਿਹੜਾ ਟਰੱਕ ਭਰ ਕੇ ਨੋਟਾਂ ਦਾ ਮੋਦੀ ਕੋਲੋਂ ਲੈ ਕੇ ਆਉਣਾ ਸੀ ਉਹ ਹੁਣ ਭੁੱਕੀ ਦਾ ਬਣ ਕੇ ਆ ਗਿਆ ਸੀ, ਉਦੋਂ ਫੀਮ ਦਾ ਬਣ ਕੇ ਆ ਗਿਆ ਸੀ, ਉਦੋਂ ਚਰਸ ਗਾਂਜੇ ਦਾ ਬਣ ਕੇ ਆ ਗਿਆ ਸੀ, ਉਦੋਂ ਚਿੱਟੇ ਦਾ ਬਣ ਕੇ ਆ ਗਿਆ ਸੀ, ਅਤੇ ਲੋਕਾਂ ਨੂੰ ਤਾਂ ਟਰੱਕ ਲੱਭਿਆ ਨਹੀਂ ਭਾਈ। ਇਸ ਲਈ ਮੈਂ ਤੁਹਾਨੂੰ ਇਹ ਗੱਲ ਕਹਾਂ ਕਿ ਲੋਕਾਂ ਨੇ ਬੜੀ ਮੁਸ਼ਕਲ ਇਹਨਾਂ ਕੋਲੋਂ ਛੇੜਾ ਖੇੜਾ ਚਲਾਇਆ ਜੀ, ਅਤੇ ਹੁਣ ਇਹਨਾਂ ਨੂੰ ਲਾਗੇ ਫਟਕਣ ਨਹੀਂ ਹੁੰਦੇ ਨਾ ਕਹੇ ਨੇ, ਇਹਨਾਂ ਨੂੰ ਲਾਗੇ ਆਉਣ ਨਹੀਂ ਹੁੰਦੇ ਨਾ ਕਹੇ ਨੇ, ਇਹ ਜਮਾਨ ਜਬਤ ਪਾਰਟੀ, ਨਖੇਦ ਪਾਰਟੀ ਔਰ ਨਲੈਕ ਪਾਰਟੀ ਦੇ ਬੰਦਾ ਸੁਖਬੀਰ ਬਾਦਲ। ਸੁਵਿਧਾ ਕੇਂਦਰ ਨੂੰ ਕਿਹਾ ਗਿਆ, ਜ਼ਿਆਦਾ ਕਿਹਾ ਗਿਆ ਕਿ ਸੁਵਿਧਾ ਕੇਂਦਰ ਨੇ ਜਿਹੜੇ ਅਕਾਲੀ ਦਲ ਵੱਲੋਂ ਚਲਾਏ ਗਏ ਸੀ ਉਹ ਕਾਂਗਰਸ ਸਰਕਾਰ ਨੇ ਆਉਣ ਸਾਰ ਬੰਦ ਕਰ ਦਿੱਤੇ, ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ? ਅਸੀਂ ਕਿਹੜਾ ਕੰਮ ਰੁਕਣ ਦਿੱਤਾ ਭਾਈ, ਕਿਸੇ ਦਾ ਕੰਮ ਕੋਈ ਨਹੀਂ ਰੁਕਿਆ, ਕੰਮ ਸਾਰੇ ਚੱਲਦੇ ਪਏ ਆ। ਇਹਨਾਂ ਨੇ ਕੁਛ ਚੀਜ਼ਾਂ ਦੇ ਉੱਪਰ ਜਿਹੜੇ ਜ਼ਰੂਰੀ ਗੈਰ ਜ਼ਰੂਰੀ ਖਰਚੇ ਸੀ ਉਹ ਘਟਾਏ ਆ, ਅਸੀਂ ਜਿਹੜੇ ਜ਼ਰੂਰੀ ਆ ਉਹ ਕੰਮ ਚਾਲੂ ਹੈ। ਕਾਂਗਰਸ ਦੀ ਕੀ ਸਥਿਤੀ ਰਹਿਣ ਵਾਲੀ ਆ ਅਗਲੇ ਦਿਨਾਂ ਦੇ ਵਿੱਚ, ਕਿਉਂਕਿ 2022 ਵੀ ਨੇੜੇ ਆ ਗਈਆਂ, ਚੋਣਾਂ ਸਮੀਕਰਨ ਨੇੜੇ ਨੇ, ਕੀ ਕਾਂਗਰਸ ਇਹ ਮੈਨੀਫੈਸਟੋ ਜਿਵੇਂ ਅਕਾਲੀ ਦਲ ਨੇ ਕੀਤਾ ਕੋਈ ਅੱਗੇ ਐਲਾਨ ਕਰਨ ਜਾ ਰਹੀ ਹੈ? ਬਈ ਗੱਲ ਸੁਣ ਲਓ, ਲੋਕਤੰਤਰ ਹੈ ਨਾ, ਅਤੇ ਲੋਕ ਫੈਸਲਾ ਕਰਦੇ ਆ ਅਤੇ ਲੋਕ ਦੇਖਦੇ ਆ ਕਿਹੜਾ ਬੰਦਾ ਠੀਕ, ਅਤੇ ਬੰਦਾ ਲੋਕ ਸਮਝਦੇ ਆ ਵੀ ਆਹ ਸੁਖਬੀਰ ਬਾਦਲ ਠੀਕ ਨਹੀਂ, ਆਹ ਕੇਜਰੀਵਾਲ ਜਿਹੜਾ ਝੂਠਿਆਂ ਦੀ ਨਾਨੀ ਆ ਵੀ ਠੀਕ ਨਹੀਂ, ਅਤੇ ਲੋਕ ਕਹਿੰਦੇ ਆ ਕਿ ਬੀਜੇਪੀ ਕਿਸਾਨ ਮਾਰੂ, ਮਜ਼ਦੂਰ ਮਾਰੂ, ਅਤੇ ਲੋਕ ਕਹਿੰਦੇ ਆ ਕਿ ਕਾਂਗਰਸ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੇ ਸਾਡੇ ਹੱਕ 'ਤੇ ਦੀ ਰਾਖੀ ਕਰਦੀ ਹੈ, ਸਾਡੀ ਗੱਲ ਕਰਦੀ ਹੈ। ਲੋਕ ਕਾਂਗਰਸ ਪਾਰਟੀ ਨੂੰ ਜਿਤਾਉਣਗੇ।